ਬਾਬਾ ਜੀ ਦੀ ਪਿਆਰੀ ਸਾਧ ਸੰਗਤ ਜੀ, ਰਾਧਾ ਸੁਆਮੀ। ਅੱਜ ਇੱਕ ਐਕਸਪੀਰੀਅੰਸ ਡਿਸਕਸ ਕਰਾਂਗੇ ਕਿ ਇੱਕ ਸਤਸੰਗੀ ਹੋਣ ਦੇ ਨਾਤੇ ਸਾਡੀ ਬੋਲਚਾਲ ਦੇ ਵਿੱਚ ਕਿੰਨੀ ਮਿਠਾਸ ਹੋਣੀ ਚਾਹੀਦੀ ਹੈ। ਕਿਸੇ ਕਾਰਨ ਕਰਕੇ ਲੋਕਲ ਸੈਂਟਰ ਦੇ ਵਿੱਚ ਸੈਕਟਰੀ ਸਾਹਿਬ ਨੇ ਬੁਲਾਇਆ ਔਰ ਕੁਝ ਇੰਸਟਰਕਸ਼ਨਸ ਦਿੱਤੀਆਂ ਗਈਆਂ। ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਸ਼ਾਇਦ ਸੈਕਟਰੀ ਸਾਹਿਬ ਕੁਝ ਸਖਤੀ ਦੇ ਨਾਲ ਇੰਸਟਰਕਸ਼ਨਸ ਦੇਣਗੇ, ਲੇਕਿਨ ਉਹਨਾਂ ਦੀ ਮਿਠਾਸ ਭਰੀ ਆਵਾਜ਼ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਸਤਸੰਗੀ ਦੇ ਸਾਰੇ ਗੁਣ ਉਹਨਾਂ ਦੇ ਵਿੱਚ ਹਨ। ਕਿ ਚਾਹੇ ਕਿਸੇ ਕੋਲੋਂ ਕੋਈ ਗਲਤੀ ਵੀ ਹੋ ਗਈ ਹੈ, ਤਾਂ ਬਾਬਾ ਜੀ ਵੀ ਸਤਸੰਗੀਆਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਸੰਗਤ ਨੂੰ ਬੜੇ ਪਿਆਰ ਦੇ ਨਾਲ ਹੈਂਡਲ ਕਰਨਾ ਹੈ, ਬਹੁਤ ਪਿਆਰ ਦੇ ਨਾਲ। ਔਰ ਜਦੋਂ ਲੋਕਲ ਸੈਂਟਰ ਦੇ ਸੈਕਟਰੀ ਸਾਹਿਬ ਜਿਨ੍ਹਾਂ ਨੇ ਇੰਨੇ ਪਿਆਰ ਦੇ ਨਾਲ ਸਮਝਾਇਆ ਕਿ ਮਨ ਖੁਸ਼ ਹੋ ਗਿਆ ਕਿ ਬਾਬਾ ਜੀ ਦੀ ਪਿਆਰੀ ਸੰਗਤ ਜਿਨ੍ਹਾਂ 'ਤੇ ਬਾਬਾ ਜੀ ਦਾ ਰੰਗ ਚੜਿਆ ਹੋਇਆ ਹੈ, ਉਹਨਾਂ ਦਾ ਮਨ ਵੀ ਸੁੰਦਰ ਹੈ, ਸਰੀਰ ਵੀ ਸੁੰਦਰ ਹੈ ਔਰ ਆਤਮਾ ਵੀ ਸੁੰਦਰ ਹੈ। ਆਓ ਅਸੀਂ ਵੀ ਸਤਸੰਗੀਆਂ ਦੇ ਜੋ ਸਾਰੇ ਗੁਣ ਹਨ, ਜੋ ਬਾਬਾ ਜੀ ਸਾਨੂੰ ਇੰਸਟਰਕਸ਼ਨਸ ਦਿੰਦੇ ਹਨ, ਅਸੀਂ ਵੀ ਉਹਨੂੰ ਫੋਲੋ ਕਰੀਏ, ਆਪਣੇ ਜੀਵਨ ਵਿੱਚ ਉਤਾਰੀਏ ਔਰ ਕਿਸੇ ਵੀ ਤਰ੍ਹਾਂ ਦੀਆਂ ਜੋ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ, ਉਹਦੇ ਵਾਸਤੇ ਦਿਲੋਂ ਮਾਫ਼ੀ ਮੰਗੀਏ। ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸੁਆਮੀ।